ਵੱਡੀ ਖਬਰ ਨੰਗਲ ਅੰਬੀਆਂ ਕਤਲकांड ਦੇ ਨਾਲ ਜੁੜੀ ਹੋਈ ਹੈ ਕਮਾਂਤਰੀ ਕਬੱਡੀ ਖਿਡਾਰੀ ਮਰਹੂਮ ਸੰਦੀਪ ਨੰਗਲ ਅੰਬੀਆਂ ਦੇ ਕਤਲ ਕੇਸ ਦੇ ਵਿੱਚ ਪੰਜਾਬ ਪੁਲਿਸ ਨੇ ਦੋ ਸ਼ਾਰਪ ਸ਼ੂਟਰਾਂ ਸਣੇ ਪੰਜ ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ ਜਲੰਧਰ ਦੇ ਹਾਤੀ ਪੁਲਿਸ ਦੇ ਐਸਐਸਪੀ ਸੁਪਨ ਸ਼ਰਮਾ ਨੇ ਦੱਸਿਆ ਕਿ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਕਤਲ ਦੀ ਸਾਜ਼ਿਸ਼ ਘੜਨ ਵਾਲੇ ਮੁੱਖ ਮੁਲਜ਼ਮ ਦੋ ਸ਼ਾਰਪ ਸ਼ੂਟਰਾਂ ਸਣੇ ਕੁੱਲ 5 ਜਣੇ ਕਾਬੂ ਕੀਤੇ ਗਏ ਨੇ। ਮੁਲਜ਼ਮਾਂ ਦੇ ਵਿੱਚ ਇੱਕ ਔਰਤ ਵੀ ਸ਼ਾਮਲ ਹੈ। ਇਸ ਵਾਰਦਾਤ ਵਿੱਚ ਵਰਤੇ ਗਏ 7 ਹਥਿਆਰ ਤੇ 3 ਵਾਹਨ ਵੀ ਜ਼ਬਤ ਕੀਤੇ ਗਏ ਨੇ। ਇਸ ਤੋਂ ਪਹਿਲਾਂ ਵੀ ਪੁਲਿਸ ਇਸ ਕੇਸ ਵਿੱਚ 4 ਜਣਿਆਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ। ਫੜੇ ਗਏ ਮੁਲਜ਼ਮਾਂ ਦੇ ਵਿੱਚ ਹਰਵਿੰਦਰ ਸਿੰਘ ਉਰਫ ਫੌਜੀ ਬੁਲੰਦ ਸ਼ਹਿਰ ਦੇ ਰਹਿਣ ਵਾਲਾ ਵਿਕਾਸ ਮਾਲਲੇ ਵਾਸੀ ਗੁਰੂਗ੍ਰਾਮ ਦਾ, ਸਚਿੰਤ ਧੂਲੀਆ ਰਾਜਸਥਾਨ ਅਲਵਰ ਦਾ ਰਹਿਣ ਵਾਲਾ ਮਨਜੂਦ ਕੌਰ ਸੰਗਰੂਰ ਤੇ ਯਾਦਵਿੰਦਰ ਸਿੰਘ ਯੂਪੀ ਦੇ ਪੀਲੀ ਭੀਤ ਦਾ ਰਹਿਣ ਵਾਲਾ ਹੈ ਤਿੰਨ ਜਿਹੜੇ ਵਾਹਨ ਬਰਾਮਦ ਕੀਤੇ ਨੇ ਉਹਨਾਂ ਦੇ ਵਿੱਚ Mahindra XUV, Toyota Etios ਤੇ Hyundai ਵਰਨਾ ਹੈ ਤੇ ਜਿਹੜੇ 7 ਪਿਸਤੌਲ ਬਰਾਮਦ ਕੀਤੇ ਨੇ ਇਹਨਾਂ ਵਿੱਚੋਂ 5 ਵਿਦੇਸ਼ੀ ਨੇ ਤੇ 2 ਦੇਸੀ ਨੇ ਪੁਲਿਸ ਨੇ ਖੁਲਾਸਾ ਕੀਤਾ ਕਿ ਯੂਪੀ ਦੇ ਬੁਲੰਦ ਸ਼ਹਿਰ ਤੋਂ ਫੜਿਆ ਗਿਆ ਹਰਵਿੰਦਰ ਸਿੰਘ ਉਰ ਫੌਜੀਸ ਕਤਲ ਦੇ ਵਿੱਚ ਮੁੱਖ ਕੋਆਰਡੀਨੇਟਰ ਸੀ ਉਸ ਨੇ ਹੀ ਸ਼ਾਰਪ ਸ਼ੂਟਰਾਂ ਨੂੰ ਵਾਹਨ ਹਥਿਆਰ ਤੇ ਸੁਰੱਖਿਅਤ ਟਿਕਾਣਾ ਮੁਹੱਈਆ ਕਰਵਾਉਣ ਵਿੱਚ ਵੱਡੀ ਭੂਮਿਕਾ ਨਿਭਾਈ ਸੀ ਹਰਵਿੰਦਰ ਨੇ ਹਥਿਆਰ ਸਾਂਭਣ ਦੀ ਸਿਖਲਾਈ ਦਿੱਤੀ ਵਿੱਤੀ ਸਹਾਇਤਾ ਦੇ ਨਾਲ-ਨਾਲ ਵਾਰਦਾਤ ਅੰਜਾਮ ਦੇਣ ਤੋਂ ਵਾਅਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਰੇਕੀ ਵੀ ਕੀਤੀ ਫਰੀਦাবাদ ਤੋਂ ਫੜੇ ਗਏ ਮੁੱਖ ਸ਼ੂਟਰ ਵਿਕਾਸ ਮਾਲਲੇ ਨੂੰ ਗੋਲੀਬਾਰੀ ਕਰਨ ਵਾਲਿਆਂ ਦੀ ਪਛਾਣ ਕਰਨ ਤੇ ਉਹਨਾਂ ਨੂੰ ਸਿਖਲਾਈ ਦੇਣ ਦਾ ਕੰਮ ਸੌਂਪਿਆ ਗਿਆ ਬਾਅਦ ਵਿੱਚ ਉਸਨੇ ਵੀ ਫੌਜੀ ਨਾਲ ਮਿਲ ਕੇ ਸੰਦੀਪ ਦੇ ਕਤਲ ਦੇ ਵਿੱਚ ਭੂਮਿਕਾ ਨਿਭਾਈ ਜਾਸ ਤੌਰਾਨ ਫੜੇਗੇ ਵਿਕਾਸ ਮਾਲਲੇ ਨੇ ਪੰਜਾਬ ਦੇ ਵਿੱਚ ਦੋ ਹੋਰ ਕਤਲ ਕੇਸਾਂ ਵਿੱਚ ਆਪਣੀ ਸ਼ਮੂਲੀਅਤ ਦੀ ਗੱਲ ਮੰਨੀ ਹੈ ਜਿਸ ਬਾਰੇ ਪੁਲਿਸ ਨੂੰ ਪਹਿਲਾਂ ਜਾਣਕਾਰੀ ਨਹੀਂ ਸੀ 14 ਮਾਰਚ ਨੂੰ ਸ਼ਾਮ 6 ਵਜੇ ਦੇ ਕਰੀਬ ਪਿੰਡ ਮਲੀਆਂ ਦੇ ਵਿੱਚ ਚੱਲ ਰਹੀ ਇੱਕ ਵੱਡੀ ਟੂਰਨਾਮੈਂਟ ਵਿੱਚ ਪੰਜ ਹਮਲਾਵਰਾਂ ਨੇ ਕਬੱਡੀ ਖਿਡਾਰੀ ਸੰਦੀਪ ਸਿੰਘ ਉਰਫ ਸੰਦੀਪ ਨੰਗਲ ਅੰਬੀਆਂ ਤੇ ਅੰਨੇ ਵਾਗ ਗੋਲੀਆਂ ਚਲਾ ਕੇ ਉਸ ਦਾ ਕਤਲ ਕਰ ਦਿੱਤਾ ਸੀ ਉਸ ਕਤਲकांड ਨੇ ਵੀ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਸੀ ਪੰਜਾਬ ਦੇ ਡੀਜੀਪੀ ਵੀ ਕੇ ਭਮਰਾ ਨੇ ਇਸ ਕਤਲकांड ਦੀ ਦੀ ਸੁਲਝਾਉਣ ਵਾਲੇ ਪੁਲਿਸ ਮੁਲਾਜ਼ਮਾਂ ਦੀ ਪਿੱਠ ਥਾਪੜੀ ਹੈ। ਉਹਨਾਂ ਨੇ ਟਵੀਟ ਕਰਦਿਆਂ ਨਾਲ ਹੀ ਇਸ ਕੇਸ ਦੀ ਜਾਣਕਾਰੀ ਦਿੰਦੀ ਚਿੱਠੀ ਵੀ ਸਾਂਝੀ ਕੀਤੀ ਹੈ। ਉਸ ਵਿੱਚ ਲਿਖਿਆ ਹੋਇਆ ਹੈ ਕਿ ਸ਼ੂਟਰ ਹਰਵਿੰਦਰ ਸਿੰਘ ਫੌਜੀ ਦੇ ਖਿਲਾਫ ਕੁੱਲ 21 ਕੇਸ ਦਰਜ ਨੇ ਜਿਹੜੇ ਸਾਰੇ ਕਤਲ ਦੇ ਕੇਸਾਂ ਨਾਲ ਹੀ ਸਬੰਧਤ ਨੇ ਤੇ ਦੂਸਰਾ ਜਿਹੜਾ ਸ਼ੂਟਰ ਵਿਕਾਸ ਮਾਲੇ ਹੈ ਉਸ ਦੇ ਖਿਲਾਫ 9 ਅਪਰਾਧਿਕ ਕੇਸ ਦਰਜ